ਸਸਿਕਾ ਜੀ ਸਾਡੇ ਨਾਲ ਰੋਬਿਨ ਤੇ ਮਹਿਕ ਨੇ ਬੜੀ ਦੂਰੋਂ ਸਾਡੇ ਕੋਲ ਆਏ ਦੂਰੋਂ ਐਜ਼ ਇਨ ਕੈਨੇਡਾ ਤੋਂ ਬ੍ਰੈਂਪਟਨ ਚ ਰਹਿੰਦੇ ਸੀ ਤੇ ਵਰਕ ਪਰਮਿਟ ਤੇ ਸੀਗੇ ਕੈਨੇਡਾ ਦੇ ਵਿੱਚ ਇਹਨਾਂ ਦਾ ਆਸਟ੍ਰੇਲੀਆ ਦਾ ਵਿਜ਼ਿਟਰ ਵੀਜ਼ਾ ਅਪਲਾਈ ਕੀਤਾ ਜਿਹੜਾ ਕਿ ਤਕਰੀਬਨ 2 ਹਫ਼ਤੇ 'ਚ ਆ ਗਿਆ ਸੀ ਅਤੇ ਹੁਣ ਆਸਟ੍ਰੇਲੀਆ ਸਾਡੇ ਕੋਲ ਘੁੰਮਣ ਆਏ ਪਲੱਸ ਸਪੈਸ਼ਲ ਖਾਸੀਅਤ ਇੱਕ ਰਿਫਿਊਜ਼ਲ ਸੀ ਪਹਿਲਾਂ ਇਹਨਾਂ ਦੀ ਸਟੂਡੈਂਟ ਵੀਜ਼ਾ ਦੀ ਆਫਸ਼ੋਰ ਤੋਂ ਅਤੇ ਹੁਣ ਰਿਫਿਊਜ਼ਲ ਤੋਂ ਬਾਅਦ ਇਹਨਾਂ ਦਾ ਵਿਜ਼ਿਟਰ ਵੀਜ਼ਾ ਲੱਗਾ 1 ਸਾਲ ਦਾ ਮਲਟੀਪਲ ਐਂਟਰੀਸ ਬਸ ਇਹ ਜਾਣਾਂਗੇ ਮਹਿਕ ਤੋਂ ਕਿੱਦਾਂ ਰਿਹਾ ਸਾਡੇ ਨਾਲ ਐਕਸਪੀਰੀਅੰਸ ਹੋਮ ਗਲੋਬਲ ਦੇ ਨਾਲ ਕੋਈ ਕਮਿਊਨੀਕੇਸ਼ਨ ਇਸ਼ੂ ਜਾਂ ਇੱਦਾਂ ਦਾ ਕੁਛ ਅਤੇ ਬੇਸਿਕਲੀ ਐਕਸਪੀਰੀਅੰਸ ਜਾਣਾਂਗੇ ਮਹਿਕ ਤੋਂ ਨਹੀਂ ਜੀ ਸਰ ਉਹਨਾਂ ਨੇ ਬਹੁਤ ਹੈਲਪ ਕੀਤੀ ਜਿੱਦਾਂ ਕਿ ਪਹਿਲਾਂ ਸਾਡਾ ਰਿਫਿਊਜ਼ਲ ਵੀ ਸੀ ਬਟ ਫਿਰ ਵੀ ਉਹਨਾਂ ਨੇ ਸਾਡੀ ਹੈਲਪ ਕੀਤੀ ਫਾਈਨ ਬਹੁਤ ਵਧੀਆ ਸੀ ਅਤੇ ਬੜੀ ਜਲਦੀ ਵੀਜ਼ਾ ਆ ਗਿਆ ਕੋਈ ਪ੍ਰੋਬਲਮਸ ਵੀ ਨਹੀਂ ਆਈਆਂ ਸੋ ਆਈ ਥਿੰਕ ਕਿ ਗ੍ਰੇਟੈਸਟ ਐਕਸਪੀਰੀਅੰਸ ਰਿਹਾ ਕਿ ਲਾਈਕ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਜਦੋਂ ਵੀ ਕੋਈ ਹੈਲਪ ਲਾਈਕ ਵਿਜ਼ਿਟਰ ਵੀਜ਼ਾ ਫਰੋਮ ਲਾਈਕ ਐਨੀਵੇਅਰ ਤੁਸੀਂ ਇਹਨਾਂ ਨਾਲ ਗੱਲ ਕਰੋ ਕੰਸਲਟ ਕਰੋ ਬਹੁਤ ਵਧੀਆ ਕੰਸਲਟੇਸ਼ਨ ਦਿੰਦੇ ਆ ਤਾਂ ਲਾਈਕ ਬੈਸਟ ਐਕਸਪੀਰੀਅੰਸ ਸੀ ਥੈਂਕ ਯੂ ਮੈਂ ਰੋਬਿਨ ਜੀ ਬ੍ਰੈਂਪਟਨ ਰਹਿੰਦਾ ਹੈ ਤੇ ਕਹਿੰਦਾ ਭਾਜੀ ਬ੍ਰੈਂਪਟਨ ਦਾ ਮਾਹੌਲ ਤੇ ਬੜਾ ਵਧੀਆ ਫਰਕ ਹੀ ਨਹੀਂ ਪਤਾ ਲੱਗਦਾ ਕਿ ਆਪਾਂ ਇੰਡੀਆ ਰਹਿ ਰਹੇ ਹਾਂ ਕਿ ਕੈਨੇਡਾ ਰਹਿ ਰਹੇ ਹਾਂ ਤੇ ਇੱਥੇ ਆ ਕੇ ਇਹਨੂੰ ਪਤਾ ਲੱਗਾ ਕਿ ਬਾਹਰਲੇ ਮੁਲਕ ਕਿੱਦਾਂ ਦੇ ਹੁੰਦੇ ਇੱਥੇ ਗੋਰੇ ਵੀ ਹੋ ਰਹੇ ਹੈ ਅਜੇ ਕਨਫਿਊਜ਼ ਨੇ ਕਿ ਕੈਨੇਡਾ ਰਹਿ ਜਾਵੇ ਆਸਟ੍ਰੇਲੀਆ ਰਹਿ ਜਾਵੇ ਬਟ ਕੰਗ੍ਰੈਚੁਲੇਸ਼ਨਸ ਟੂ ਬੋਥ ਆਫ ਯੂ ਸੋ ਵੈਲਕਮ ਟੂ